ਬੈਕ ਪੇਨ ਹੋਣਾ ਕੀ ਇਹ ਜਮਾਂਦੂ ਬਿਮਾਰੀ ਹੈ ਜਾਂ ਫਿਰ ਕਿਵੇਂ ਠੀਕ ਹੋ ਸਕਦੀ ਹੈ? ਇਹ ਚੁੱਕ ਹੁੰਦੀ ਹੈ, ਮਸਲ ਸਪਰੇਨਸ ਹੁੰਦੇ ਆ, ਜਿਹੜਾ ਕਿ ਉਸ ਸਮੇਂ ਥੋੜ੍ਹਾ ਜਿਹਾ ਰੈਸਟ ਦਿਓ, ਥੋੜ੍ਹਾ ਜਿਹਾ ਉਹਦਾ ਬਰਫ਼ ਦਾ ਸੇਕ ਕਰੋ ਤਾਂ ਠੀਕ ਹੋ ਜਾਂਦਾ। ਜੇਕਰ ਕਿਸੇ ਨੂੰ ਸਪਾਈਨ ਦੀ ਪ੍ਰੋਬਲਮ ਹੈ ਤਾਂ ਖਾਸ ਤੌਰ 'ਤੇ ਇਹਦੇ ਲੱਛਣ ਕੀ ਹੁੰਦੇ ਨੇ? ਦੇਖੋ, ਸਪਾਈਨ ਦਾ ਜੋ ਫਸਟ ਲੱਛਣ ਹੁੰਦਾ ਹੈ ਉਹ ਹੁੰਦਾ ਜਾਂ ਤਾਂ ਬੈਕ ਵਿੱਚ ਪੇਨ ਹੋਊ, ਨੈਕ ਪੇਨ ਹੋਊ, ਹਾਂ, ਅਤੇ ਲੰਬਾ ਬੈਠੇ ਰਹਿਣਾ, ਖੜ੍ਹੇ ਰਹਿਣਾ, ਉਹਦੇ ਨਾਲ ਕਿਆ ਹੁੰਦਾ ਕਿ ਜੋ ਤੁਹਾਡੀ ਮਸਲਸ ਹੈ ਉਹ ਹੌਲੀ ਹੌਲੀ ਦੁਖਣ ਲੱਗ ਜਾਂਦੇ ਨੇ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਹੈਲਦੀ ਲਾਈਫ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਖਾਸ ਤੌਰ 'ਤੇ ਜਾਣਕਾਰੀ ਜਿਹੜੀ ਹੈ ਸਾਂਝੀ ਕਰਦੇ ਹਾਂ ਕਿ ਤੁਹਾਡੀ ਸਿਹਤ ਨੂੰ ਅਸੀਂ ਜਿਹੜਾ ਕਿਸ ਤਰ੍ਹਾਂ ਠੀਕ ਰੱਖਣਾ ਹੈ ਅਤੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਜਿਹੜਾ ਤੁਸੀਂ ਉਹ ਧਿਆਨ ਰੱਖਣਾ, ਕਿਉਂਕਿ ਹਰ ਵਾਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਿਹੜਾ ਅਸੀਂ ਸਿਹਤ ਪ੍ਰਤੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਵੇ। ਅੱਜ ਸਾਡੇ ਵਿੱਚ ਸਪੈਸ਼ਲ ਤੌਰ 'ਤੇ ਉਹ ਜਿਹੜੇ ਡਾਕਟਰ ਸਾਹਿਬਾਨ ਮੌਜੂਦ ਰਹਿਣਗੇ, ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਵੀ ਜਦੋਂ ਵੀ ਸਵੇਰੇ ਉੱਠਦੇ ਹਾਂ ਤਾਂ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਜਿਹੜਾ ਮੈਂਬਰ ਹੁੰਦਾ ਕਹਿੰਦਾ ਕਿ ਮੈਨੂੰ ਜਿਹੜਾ ਸਪਾਈਨ ਦੀ ਪ੍ਰੋਬਲਮ ਹੈ, ਜਾਣੀ ਕਿ ਮੇਰੇ ਬੈਕ ਪੇਨ ਹੋ ਰਹੀ ਹੈ, ਮੇਰਾ ਸਰੀਰ ਦਰਦ ਹੋ ਰਿਹਾ, ਤਾਂ ਇੱਦਾਂ ਦਾ ਜਿਹੜਾ ਨੇ ਜਾਣੀ ਕਿ ਬਿਮਾਰੀਆਂ ਜਿਹੜੀਆਂ ਨੇ ਘਰਾਂ ਦੇ ਵਿੱਚ ਹਰ ਇੱਕ ਜਿਹੜਾ ਮੈਂਬਰ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਲੱਗੀਆਂ ਹੋਈਆਂ ਨੇ। ਜਦੋਂ ਵੀ ਸਵੇਰੇ ਦੀ ਗੱਲ ਕੀਤੀ ਜਾਵੇ, ਸ਼ਾਮ ਦੀ ਗੱਲ ਕੀਤੀ ਜਾਵੇ, ਤਾਂ ਜਦੋਂ ਵੀ ਪਰਿਵਾਰ ਦੇ ਮੈਂਬਰ ਬੈਠਦੇ ਨੇ ਜਾਂ ਉੱਠਦੇ ਨੇ, ਉਹ ਕਹਿੰਦੇ ਨੇ ਮੇਰਾ ਸਰੀਰ ਦੁੱਖ ਰਿਹਾ ਜਾਂ ਫਿਰ ਮੇਰੇ ਪੇਨ ਹੋ ਰਹੀ ਆ। ਅਜਿਹੀਆਂ ਬਿਮਾਰੀਆਂ ਕਿਉਂ ਪੈਦਾ ਹੋ ਰਹੀਆਂ ਨੇ, ਇਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ, ਅੱਜ ਜੀ ਇਸ ਤੋਂ ਜਿਹੜੀ ਸਾਰੀ ਜਿਹੜੀ ਗੱਲਬਾਤ ਆ ਉਹ ਡਾਕਟਰ ਸਾਹਿਬਾਨ ਦੇ ਨਾਲ ਜਿਹੜੀ ਹੈ ਸਾਂਝੀ ਕਰਾਂਗੇ। ਖਾਸ ਤੌਰ 'ਤੇ ਸਾਡੇ ਗੈਸਟ ਹੋਣਗੇ ਉਹ ਸਪਾਈਨ ਸਪੈਸ਼ਲਿਸਟ ਡਾਕਟਰ ਦੀਪਕ ਜੋਸ਼ੀ ਜੀ। ਜੋਸ਼ੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਇਹ ਬੜੀ ਜਿਹੜੀ ਅੱਜ ਕੱਲ੍ਹ ਜਿਹੜੀ ਧਾਰਨਾ ਹੀ ਚੱਲ ਗਈ ਵੀ ਹਾਂ ਆਪਾਂ ਰੋਜ਼ ਹੀ ਦੇਖਦੇ ਹਾਂ ਵੀ ਹਾਂ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਨੇ ਉਹਨਾਂ ਨੂੰ ਜਿਹੜਾ ਸਪਾਈਨ ਦੀ ਪ੍ਰੋਬਲਮ ਲਗਾਤਾਰ ਚੱਲ ਰਹੀ ਹੈ। ਕੋਈ ਕਹਿੰਦਾ ਮੇਰੀ ਪਿੱਠ ਦੁੱਖ ਰਹੀ ਹੈ, ਕੋਈ ਕਹਿੰਦਾ ਮੇਰੇ ਗੋਡੇ ਦਰਦ ਨੇ, ਕੋਈ ਕਹਿੰਦਾ ਮੇਰੇ ਮੋਢੇ ਦਰਦ ਨੇ, ਇਹ ਵਜ੍ਹਾ ਕੀ ਹੈ, ਕਿਉਂ ਹੋ ਰਹੀਆਂ ਇੱਦਾਂ ਦੀਆਂ ਬਿਮਾਰੀਆਂ? ਦੇਖੋ, ਇਹਦੀ ਜੋ ਸੱਚ ਵਜ੍ਹਾ ਹੈ ਉਹ ਇਹ ਹੈ ਕਿ ਸਾਡੇ ਲਾਈਫ ਸਟਾਈਲ ਚੇਂਜ ਹੋ ਚੁੱਕੇ ਨੇ। ਆਮ ਤੌਰ 'ਤੇ ਜਿਹੜਾ ਇਨਸਾਨ ਹੈ ਉਹ ਸ੍ਰਿਸ਼ਟੀ ਨੇ ਸਾਨੂੰ ਘਰਾਂ 'ਚ ਬਹਿਣ ਵਾਸਤੇ ਜਾਂ ਚੇਅਰਾਂ 'ਤੇ ਬਹਿਣ ਵਾਸਤੇ, ਟੀ ਵੀ ਵੇਖਣ ਵਾਸਤੇ, ਮੋਬਾਈਲ ਵਾਸਤੇ ਨਹੀਂ ਬਣਾਇਆ ਜੀ। ਜੇਕਰ ਤੁਸੀਂ ਆਪਣੇ ਪੜਦਾਦੇ ਦਾਦਿਆਂ ਦੀ ਲਾਈਫ ਦੇ ਬਾਰੇ ਸੋਚੋਗੇ ਤਾਂ ਉਹ ਸਵੇਰੇ ਬਿਨਾਂ ਇਲੈਕਟ੍ਰੀਸਿਟੀ ਦੇ ਉੱਠਦੇ ਸੀ, ਬਿਜਲੀ ਦੇ ਬਿਨਾਂ, ਫਿਰ ਉਹ ਆਪਣੇ ਖੇਤ ਜਾਣਾ, ਆਪਣਾ ਕੋਈ ਨਾ ਕੋਈ ਕੰਮ ਕਰਨਾ, ਚੱਕਣਾ, ਔਰ ਖਾਣਾ ਲੇਟ ਹੁੰਦਾ ਸੀ। ਅੱਜ ਕੱਲ੍ਹ ਸਭ ਤੋਂ ਪਹਿਲਾਂ ਆਪਾਂ ਉੱਠਦੇ ਸਾਰ ਹੀ ਪਹਿਲਾਂ ਮੋਬਾਈਲ ਵੇਖਦੇ ਹਾਂ, ਉਸ ਤੋਂ ਬਾਅਦ ਫਿਰ ਆਪਾਂ ਕੋਈ ਚਾਹ ਪੀਂਦੇ ਹਾਂ, ਰਸ ਖਾਂਦੇ ਹਾਂ, ਔਰ ਕੋਈ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਉਹ ਸਾਡੀ ਬਹੁਤ ਮਿਨੀਮਲ ਹੈ। ਜ਼ਿਆਦਾ ਇਹ ਹੈ ਇੱਕ ਥਾਂ 'ਤੇ ਲੰਬਾ ਬੈਠੇ ਰਹਿਣਾ, ਖੜ੍ਹੇ ਰਹਿਣਾ, ਉਹਦੇ ਨਾਲ ਕਿਆ ਹੁੰਦਾ ਕਿ ਜਿਹੜੀ ਤੁਹਾਡੀ ਮਸਲਸ ਹੈ ਉਹ ਹੌਲੀ ਹੌਲੀ ਦੁਖਣ ਲੱਗ ਜਾਂਦੇ ਨੇ, ਫਿਰ ਜੋੜਾਂ 'ਤੇ ਜ਼ਿਆਦਾ ਪ੍ਰੈਸ਼ਰ ਪੈਂਦਾ, ਕਿਤੇ ਨਾ ਕਿਤੇ ਫਿਰ ਬਾਡੀ ਗਿਵ ਅਵੇ ਕਰਦੀ ਆ, ਫਿਰ ਇੱਦਾਂ ਦੇ ਸਿੰਪਟਮਸ ਆਉਂਦੇ। ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਲੋਕਾਂ ਨੂੰ ਸਿਹਤ ਪ੍ਰਤੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰੀਏ, ਕਿਉਂਕਿ ਅੱਜ ਕੱਲ੍ਹ ਜਿਹੜਾ ਬਹੁਤ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਤਾਂ ਉਹਦੇ ਕਰਕੇ ਜਿਹੜਾ ਬਚਾਓ ਕਿਸ ਤਰ੍ਹਾਂ ਰੱਖਿਆ ਜਾ ਸਕਦਾ? ਜੇਕਰ ਕਿਸੇ ਨੂੰ ਇੱਦਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਸਪਾਈਨ ਦੀ ਖਾਸ ਤੌਰ 'ਤੇ, ਕਿਉਂਕਿ ਔਰਤਾਂ ਨੂੰ ਵੀ ਖਾਸ ਤੌਰ 'ਤੇ ਬਹੁਤ ਜ਼ਿਆਦਾ, ਕਿਉਂਕਿ ਜਦੋਂ ਇਹ ਘਰ ਦੇ ਵਿੱਚ ਔਰਤਾਂ ਜਾਂ ਕੋਈ ਮਸ਼ੀਨ ਦਾ ਕੰਮ ਕਰਦੀਆਂ ਨੇ ਜਾਂ ਫਿਰ ਭਾਂਡੇ ਵਗੈਰਾ ਮਾਂਜਦੀਆਂ ਨੇ ਜਾਂ ਫਿਰ ਰਸੋਈ ਦਾ ਕਾਰਜ ਕਰਦੀਆਂ ਨੇ ਤਾਂ ਉਹਨਾਂ ਨੂੰ ਬੜੀ ਬੈਕ ਪੇਨ ਹੁੰਦੀ ਹੈ। ਕੀ ਸਮਝਦੇ ਹੋ ਕਿ ਬੈਕ ਪੇਨ ਹੋਣਾ ਕੀ ਇਹ ਜਮਾਂਦੂ ਬਿਮਾਰੀ ਹੈ ਜਾਂ ਫਿਰ ਕਿਵੇਂ ਠੀਕ ਹੋ ਸਕਦੀ ਹੈ? ਦੇਖੋ, ਇਹ ਬੜਾ ਚੰਗਾ ਸਵਾਲ ਹੈ ਤੁਹਾਡਾ, ਔਰ ਇਸ ਚੈਨਲ ਰਾਹੀਂ ਮੈਂ ਇਹ ਦੱਸਣਾ ਚਾਹੂੰਗਾ ਕਿ ਜੋ ਬੈਕ ਪੇਨ ਹੈ ਉਹ ਇੱਕ ਕਾਮਨ ਪ੍ਰੋਬਲਮ ਹੈ, ਔਰ ਇਹ ਹੁਣ ਦੀ ਗੱਲ ਨਹੀਂ ਹੈ, ਈਵਨ ਹਰ ਬੰਦੇ ਨੂੰ ਕਦੇ ਨਾ ਕਦੇ ਬੈਕ ਪੇਨ ਹੋਣੀ ਹੈ। ਪਰ ਬੈਕ ਪੇਨ ਦਾ ਆਪਾਂ ਨੂੰ ਹਊਆ ਨਹੀਂ ਬਣਾਉਣਾ ਚਾਹੀਦਾ ਜੀ, ਕਿਉਂਕਿ ਹਰ ਬੈਕ ਪੇਨ ਮੇਜਰ ਪ੍ਰੋਬਲਮ ਨਹੀਂ ਹੁੰਦੀ। ਆਮ ਤੌਰ 'ਤੇ ਜਿਵੇਂ ਆਪਾਂ ਭਾਸ਼ਾ 'ਚ ਕਹਿੰਦੇ ਹਾਂ, ਇਹ ਚੁੱਕ ਹੁੰਦੀ ਹੈ, ਮਸਲ ਸਪਰੇਨਸ ਹੁੰਦੇ ਹੈ, ਜਿਹੜਾ ਕਿ ਉਸ ਸਮੇਂ ਥੋੜ੍ਹਾ ਜਿਹਾ ਰੈਸਟ ਦਿਓ, ਥੋੜ੍ਹਾ ਜਿਹਾ ਉਹਦਾ ਬਰਫ਼ ਦਾ ਸੇਕ ਕਰੋ ਤਾਂ ਠੀਕ ਹੋ ਜਾਂਦਾ।
ਹਾਂ ਬਾਰ ਬਾਰ ਨਾ ਹੋਵੇ ਉਸ ਬਾਰੇ ਸਮਝਣਾ ਜ਼ਰੂਰੀ ਹੈ ਕਿ ਆਪਾਂ ਨੂੰ ਬਾਰ ਬਾਰ ਕਿਉਂ ਹੋ ਰਹੀ ਹੈ। ਬਾਰ ਬਾਰ ਹੋਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਅਸੀਂ ਵੇਖਿਆ ਉਹ ਇਹੀ ਹੈ, ਸਿਟਿੰਗ ਜੋਬ, ਜੋ ਬੈਠੇ ਰਹਿੰਦੇ ਨੇ ਬੱਚੇ ਨੇ ਉਹ ਇੱਕ ਜਗ੍ਹਾ 'ਤੇ 6-6, 7-7 ਘੰਟੇ ਟੇਬਲ 'ਤੇ ਹੀ ਪੜੀ ਜਾਂਦੇ, ਖਾਣਾ ਵੀ ਉੱਥੇ ਮਿਲੀ ਜਾ ਰਿਹਾ। ਉਸ ਨਾਲ ਕਿਆ ਹੁੰਦਾ ਕਿ ਉਹ ਤੁਹਾਡੀ ਡਿਸਕ ਜਿਹੜਾ ਕੁਸ਼ਨ ਹੈ ਉਸੀ 'ਤੇ ਇੱਕ ਪੁਆਇੰਟ 'ਤੇ ਹੀ ਪ੍ਰੈਸ਼ਰ ਪੈਂਦਾ ਰਹਿੰਦਾ, ਕਿਤੇ ਨਾ ਕਿਤੇ ਉਹ ਫਿਰ ਡੀਜਨਰੇਟ ਕਰਦੀ ਹੈ ਜੀ। ਮੇਰੇ ਕੋਲ ਬੱਚੇ ਜਦ ਆਉਂਦੇ ਹੈ, ਜਿਵੇਂ ਬੱਚਿਆਂ ਦੀ ਗੱਲ ਚੱਲੀ ਤਾਂ ਮੈਂ ਉਹਨਾਂ ਨੂੰ ਦੱਸਦਾ ਸੀ, ਅਸੀਂ ਜਦ ਪੜ੍ਹਾਈ ਕਰਦੇ ਸੀ ਤਾਂ ਮੇਰਾ ਇੱਕ ਹੈਬਿਟ ਸੀ ਕਿ ਮੈਂ ਕੋਈ ਚੀਜ਼ ਪੜ੍ਹ ਲਈ, ਯਾਦ ਕਰ ਲਈ, ਉਹਨੂੰ ਰਿਵਾਈਜ਼ ਕਰਨ ਵਾਸਤੇ ਮੈਂ ਤੁਰਨ ਲੱਗ ਜਾਂਦਾ ਸੀ ਜੀ। ਇਸੇ ਤਰ੍ਹਾਂ ਟੀ ਵੀ ਦੇਖੀ ਜਾ ਰਹੇ, ਚੈਨਲ 'ਤੇ ਚੈਨਲ, ਬਿੰਜ ਚੈਨਲ ਜਿਵੇਂ ਹੁੰਦਾ ਕਿ ਨੈੱਟਫਲਿਕਸ ਦੇਖੀ ਜਾ ਰਹੇ, ਬੈਠੇ ਰਹੋਗੇ ਤਾਂ ਪ੍ਰੋਬਲਮ ਆਊਗੀ। ਦੂਜਾ ਇਹਦਾ ਉਦਾਹਰਨ ਇਹ ਹੈ ਕਿ ਜੋ ਵੀ ਲੇਬਰ ਕਲਾਸ ਦਾ ਆਦਮੀ ਹੈ, ਜੋ ਮਜ਼ਦੂਰ ਹੈ, ਜੋ ਬਚਪਨ ਤੋਂ ਹੀ ਮਜ਼ਦੂਰੀ ਕਰ ਰਿਹਾ ਹੈ, ਉਹਨਾਂ ਨੂੰ ਇੱਦਾਂ ਦੀਆਂ ਪ੍ਰੋਬਲਮ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਦੇ ਮਸਲ ਡਿਵੈਲਪ ਹੁੰਦੇ ਹੈ ਜੀ। ਤਾਂ ਇਸ ਤੋਂ ਬਚਣ ਵਾਸਤੇ ਹੈਲਦੀ ਡਾਈਟ, ਜੰਕ ਫੂਡ ਅਵੋਇਡ ਕਰਨਾ, ਟੀ ਵੀ ਔਰ ਮੋਬਾਈਲ ਦਾ ਜੋ ਹੈ ਵਰਤੋਂ ਉਹਨੂੰ ਲਿਮਿਟ ਕਰਨਾ, ਔਰ ਰੈਗੂਲਰ ਐਕਟੀਵਿਟੀ ਐਂਡ ਐਕਸਰਸਾਈਜ਼ ਕਰਨਾ ਹੀ ਇੱਕ ਸਲਿਊਸ਼ਨ ਹੈ, ਇਹਦਾ ਹੋਰ ਕੋਈ ਸਲਿਊਸ਼ਨ ਨਹੀਂ। ਯਾਨੀ ਕਿ ਆਪਾਂ ਸਿੱਧੇ ਤੌਰ 'ਤੇ ਗੱਲ ਕਰੀਏ ਵੀ ਜਿਹੜਾ ਸਾਡਾ ਲਾਈਫ ਸਟਾਈਲ ਜਿਹੜਾ ਚੇਂਜ ਰੁਕਿਆ, ਕਿਉਂਕਿ ਆਪਾਂ ਜਿਹੜਾ ਬੱਚਿਆਂ ਦੀ ਗੱਲ ਕੀਤੀ ਹੈ, ਛੋਟੇ ਬੱਚਿਆਂ ਦੀ, ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਛੋਟਾ ਬੱਚਾ ਹੁੰਦਾ ਤਾਂ ਆਪਾਂ ਉਹਨੂੰ ਮੋਬਾਈਲ ਫੜਾ ਦਿੰਦੇ ਹਾਂ ਤਾਂ ਉਹ ਵੀਡੀਓ ਗੇਮਸ ਵਗੈਰਾ ਜਾਂ ਕਾਰਟੂਨ ਵਗੈਰਾ ਦੇਖਣ ਲੱਗ ਜਾਂਦਾ, ਤਾਂ ਉਹ ਬੈੱਡ ਦੇ ਉੱਪਰ ਹੀ ਮਾਤਾ ਪਿਤਾ ਜਿਹੜਾ ਉਹਨਾਂ ਨੂੰ ਰੋਟੀ ਵੀ ਉੱਥੇ ਸਰਵ ਕਰਾ ਦਿੰਦੇ ਨੇ, ਹੋਰ ਤੱਕ ਇਹਨੂੰ ਤੱਕ ਜਿਹੜਾ ਬਾਥਰੂਮ ਵੀ ਹੈ ਉਹ ਕਮਰ ਦੇ ਵਿੱਚ ਹੀ ਹੋ ਗਿਆ ਵੀ ਉਹਨੂੰ ਬਾਹਰ ਨਾ ਜਾਣਾ ਪਵੇ ਕਿ ਲੱਗਦਾ ਕਿ ਤੁਹਾਨੂੰ ਉਹ ਵੀ ਜਿਹੜਾ ਕਿਤੇ ਨਾ ਕਿਤੇ ਅਫੈਕਟ ਕਰ ਰਿਹਾ। ਉਹੀ ਜੀ, ਉਹੀ ਤਾਂ ਸਾਰੀਆਂ ਪ੍ਰੋਬਲਮ ਹੈ ਜਿਹੜਾ ਤੁਹਾਡਾ ਸਵਾਲ ਹੈ ਉਸ ਵਿੱਚ। ਅਸੀਂ ਮੈਂ ਹਮੇਸ਼ਾ ਇਹ ਸੋਚਦਾ ਕਿ ਆਪਣੇ ਬਚਪਨ ਤੋਂ ਵੇਖਦਾ, ਬਚਪਨ ਵਿੱਚ ਸਾਡੇ ਟਾਈਮ 'ਚ ਦੂਰਦਰਸ਼ਨ ਹੁੰਦਾ ਸੀ, ਦੂਰਦਰਸ਼ਨ ਪੂਰਾ ਘੰਟਾ ਜ਼ਿਆਦਾ ਚੱਲਦਾ ਹੀ ਨਹੀਂ, ਕੋਈ ਚੈਨਲ ਕੁਛ ਆਉਂਦਾ ਹੀ ਨਹੀਂ ਸੀਗਾ, ਤਾਂ ਆਪਾਂ ਟੀ ਵੀ ਸਾਹਮਣੇ ਘੰਟਾ ਬਹਿੰਦੇ ਸੀ, ਮੋਬਾਈਲ ਹੁੰਦੇ ਨਹੀਂ ਸੀ, ਲਾਈਟਾਂ ਆਪਣੇ ਵੀ ਬਿਜਲੀ ਦੇ ਕੱਟ ਬੜੇ ਲੱਗਦੇ ਸੀ, ਉੱਠਣਾ ਹੀ ਪੈਂਦਾ ਸੀ। ਘਰ 'ਚ ਜਿਹੜੀ ਲੇਡੀਜ਼ ਸੀ, ਹਰ ਕੰਮ ਭਾਂਡੇ ਤੋਂ ਲੈ ਕੇ ਕੱਪੜੇ ਥਾਪੀਆਂ ਨਾਲ ਧੋਣੇ, ਇਹ ਸਾਰਾ ਉਹਨਾਂ ਦਾ ਹਰ ਬੋਡੀ ਪਾਰਟ ਯੂਜ਼ ਹੁੰਦਾ ਸੀ, ਹਰ ਕੰਮ ਆਪਣੇ ਹੱਥੀਂ ਕਰਨਾ ਪੈਂਦਾ ਸੀ, ਤਾਂ ਇਹ ਬਿਮਾਰੀਆਂ ਘੱਟ ਲੱਗਦੀਆਂ ਸੀ। ਸਭ ਤੋਂ ਦੂਜਾ ਜੋ ਵੱਡਾ, ਦੋ ਵੱਡੇ ਫੈਕਟਰ ਜਿਹਨੂੰ ਆਪਾਂ ਬਿਲਕੁਲ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਇੱਕ ਹੈ ਖਾਣਾ ਜੀ। ਖਾਣਾ ਬਿਲਕੁਲ ਮਿੱਠੇ ਨਾਲ, ਮੈਦੇ ਨਾਲ ਅਤੇ ਵੈਜੀਟੇਬਲ ਆਇਲਸ ਨਾਲ ਲੇਸ ਹੈ। ਮੈਂ ਬਹੁਤ ਹੈਰਾਨ ਹੁੰਦਾ, ਕੁਛ ਵੀਡੀਓਜ਼ ਆਉਂਦੇ ਰਹਿੰਦੇ ਜੀ ਇੰਸਟਾਗ੍ਰਾਮ 'ਤੇ ਜਾਂ ਯੂਟਿਊਬ 'ਤੇ, ਆਹ ਵੇਖੋ ਜੀ ਬਟਰ ਪਾਇਆ ਜੀ, ਬਟਰ ਪਾਇਆ, ਕਰੀਮ ਪਾਈ ਹੈ ਜੀ, ਮਤਲਬ ਉਸਨੂੰ ਵਾਹ ਵਾਹੀ ਬਣਾਈ ਜਾ ਰਹੀ ਹੈ, ਔਰ ਉਸਦਾ ਵੇਖਿਆ ਜਾਏ ਉਹ ਕਿਤੇ ਨਾ ਕਿਤੇ ਬੋਡੀ ਵਾਸਤੇ ਤਾਂ ਨਹੀਂ ਬਣੀ, ਉਹ ਤਾਂ ਬੋਡੀ ਨੂੰ ਖਰਾਬ ਕਰਦੀ ਹੈ, ਔਰ ਇੱਕ ਦਿਨ 'ਚ ਇਹਨਾਂ ਇਹ ਚੀਜ਼ਾਂ ਹੌਲੀ 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 ਫੈਟ ਕ੍ਰੀਏਟ ਕਰਦੀਆਂ, ਫੈਟ ਤੁਹਾਡੇ ਮਸਲ ਦੀ ਥਾਂ ਲੈਂਦੀਆਂ, ਜੋੜ ਜਲਦੀ ਖਰਾਬ ਹੁੰਦੇ, ਬੋਡੀ 'ਚ ਇਨਫਲਮੇਸ਼ਨ ਹੁੰਦੀ ਹੈ, ਫਿਰ ਬੰਦਾ ਹੋਰ ਕਮਜ਼ੋਰ ਹੋ ਜਾਂਦਾ ਉਹਦੀ ਐਕਟੀਵਿਟੀ ਕਰਨ ਦਾ। ਆਪਾਂ ਡਾਕਟਰ ਸਿੱਧੂ ਸਾਹਿਬ ਤੋਂ ਕਹੀਏ, ਕਿਉਂਕਿ ਨਾ ਫਾਸਟ ਫੂਡ ਦਾ ਬੜਾ ਜ਼ਮਾਨਾ ਅੱਜ ਕੱਲ੍ਹ ਆਪਾਂ ਕਹੀਏ, ਕਿਉਂਕਿ ਬੱਚੇ ਵੀ ਜਿਹੜੇ ਨੇ ਉਹ ਫਾਸਟ ਫੂਡ ਖਾਣਾ ਪਸੰਦ ਕਰਦੇ ਨੇ, ਮਾਂ ਪਿਓ ਵੀ ਕਹਿ ਦਿੰਦੇ ਚਲੋ ਯਾਰ ਬਾਜ਼ਾਰੋਂ ਫਾਸਟ ਫੂਡ ਲੈ ਆਓ, ਘਰੇ ਬੇਟਾ ਮਾਂ ਪਿਓ ਕਹਿੰਦੇ ਰੋਟੀ ਨਹੀਂ ਬਣਾਉਣੀ ਪਊਗੀ, ਕਿਉਂਕਿ ਬੱਚੇ ਸ਼ੌਕੀਨ ਬੜੇ ਨੇ ਕਿ ਉਹਦਾ ਵੀ ਕਿਤੇ ਨਾ ਕਿਤੇ ਜਿਹੜਾ ਸਪਾਈਨ ਦੀ ਗੱਲ ਕੀਤੀ ਫਰਕ ਪੈਂਦਾ ਕੋਈ ਉਹਦਾ। ਬੋਡੀ ਤਾਂ ਦੇਖੋ ਹਰ ਚੀਜ਼ ਕਨੈਕਟਡ ਹੈ, ਅਲੱਗ ਕੋਈ ਨਹੀਂ ਹੈ ਜਿਸਮ 'ਚ, ਜਿਹੜੀ ਚੀਜ਼ ਤੁਹਾਡੀ ਸਪਾਈਨ ਨੂੰ ਇਫੈਕਟ ਕਰ ਰਹੀ ਹੈ ਉਹ ਜੋੜ ਨੂੰ ਵੀ ਕਰ ਰਹੀ ਹੈ, ਹੱਡੀਆਂ ਨੂੰ ਵੀ ਕਰ ਰਹੀ ਹੈ। ਬਿਲਕੁਲ। ਹੁਣ ਰਹੀ ਗੱਲ ਫਾਸਟ ਫੂਡ ਦੀ, ਇਸ ਬਾਰੇ ਮੈਂ ਤੁਹਾਨੂੰ ਦੱਸਦਾ, ਇਸਨੂੰ ਇਸ ਤਰ੍ਹਾਂ ਵੀ ਵੇਖਿਆ ਜਾ ਸਕਦਾ ਕਿ ਬੱਚਿਆਂ ਨੂੰ ਜੇਕਰ ਆਪਾਂ ਮਿੱਠਾ ਖਵਾ ਰਹੇ ਹਾਂ ਤਾਂ ਤੁਹਾਡੇ ਰਿਸ਼ਤੇਦਾਰ ਜੀ ਜਵਾਕਾਂ ਨੂੰ ਤਾਂ ਖਾਣ ਦਿਓ, ਬੱਚਿਆਂ ਨੂੰ ਕਿਉਂ ਰੋਕਦੇ ਹੋ? ਗੱਲ ਰੋਕਣ ਦੀ ਨਹੀਂ ਹੈ ਜੀ, ਗੱਲ ਇਹ ਹੈ ਜਦ ਹੈਬਿਟਸ ਬਣ ਜਾਂਦੀਆਂ, ਸਵੀਟ ਟੂਥ ਬਣ ਜਾਂਦਾ, ਸਾਰੀ ਉਮਰ ਉਹੀ ਖਾਣਗੇ। ਬਿਲਕੁਲ। ਮੈਂ ਆਪਣੇ ਪਿਤਾ ਜੀ ਨਾਲ ਗੱਲ ਕਰਦਾ, ਉਹਨਾਂ ਦੀ ਹੈਬਿਟ ਉਹੀ ਹੈ ਇਸ ਸਮੇਂ ਖਾਣ ਦੀ ਜੋ ਪਹਿਲਾਂ ਸੀਗੀ, ਕਿਉਂਕਿ ਆਦਤਾਂ ਹੀ ਉਹ ਪਈਆਂ ਨੇ। ਬਿਲਕੁਲ ਬਿਲਕੁਲ। ਤਾਂ ਸਾਨੂੰ ਉਸ ਬਾਰੇ ਬਿਲਕੁਲ ਚੀਜ਼ਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਬੱਚਿਆਂ ਦੀ ਹੈਲਥ ਵਾਸਤੇ ਮੈਂ ਬੜੀ ਇੰਪੋਰਟੈਂਟ ਚੀਜ਼ ਤੁਹਾਨੂੰ ਕਹਿਣਾ ਚਾਹੁੰਦਾ ਇੱਕ, ਕਿ ਜਿਹੜੀ ਜੋੜ ਹੈ, ਬੋਨਸ ਦੀ ਸਟਰੈਂਥ ਹੈ, ਉਹ ਮੈਕਸੀਮਮ 20-25 ਸਾਲ ਤੱਕ ਬਣਦੀ ਹੈ ਜੀ।
ਉਸ ਟਾਈਮ ਵਿੱਚ ਜੇਕਰ ਤੁਸੀਂ ਉਹਨਾਂ ਨੂੰ ਨੈਚੁਰਲ ਫੂਡ ਦੇ ਰਹੇ ਹੋ, ਬੈਲੈਂਸਡ ਫੂਡ ਦੇ ਰਹੇ ਹੋ ਵਿਦਾਊਟ ਸਪਲੀਮੈਂਟ, ਤਾਂ ਉਹਨਾਂ ਦੀ ਉਨੇ ਹੀ ਬੋਨ ਸਟਰੋਂਗ ਬਣਨਗੀਆਂ, ਉਨੇ ਹੀ ਕਾਰਟੀਲੇਜ ਸਟਰੋਂਗ ਬਣਨਗੇ। ਪਰ ਜੇਕਰ ਤੁਸੀਂ ਉਸ ਟਾਈਮ ਜੰਕ ਫੂਡ ਖਿਲਾ ਰਹੇ ਹੋ ਤਾਂ ਉਹਨਾਂ ਦਾ ਜਿਹੜਾ ਉਹ ਬੇਸ ਹੈ ਬਹੁਤ ਖਰਾਬ ਹੋ ਜੂਗਾ, ਔਰ ਉਹ ਭੁਗਤਣਗੇ 40-50 ਸਾਲ ਦੀ ਉਮਰ 'ਚ, ਔਰ ਉਸ ਟਾਈਮ ਤੁਸੀਂ ਕੁਛ ਨਹੀਂ ਕਰ ਪਾਓਗੇ। ਜੇਕਰ ਕਿਸੇ ਨੂੰ ਸਪਾਈਨ ਦੀ ਪ੍ਰੋਬਲਮ ਹੈ ਤਾਂ ਖਾਸ ਤੌਰ 'ਤੇ ਇਹਦੇ ਲੱਛਣ ਕੀ ਹੁੰਦੇ ਨੇ, ਜੇਕਰ ਲੱਛਣ ਆ ਵੀ ਗਏ ਤਾਂ ਉਸਨੂੰ ਠੀਕ ਕਿਵੇਂ ਕੀਤਾ ਜਾ ਸਕਦਾ? ਦੇਖੋ, ਸਪਾਈਨ ਦਾ ਜੋ ਫਸਟ ਲੱਛਣ ਹੁੰਦਾ ਹੈ ਉਹ ਹੁੰਦਾ ਜਾਂ ਤਾਂ ਬੈਕ ਵਿੱਚ ਪੇਨ ਹੋਊ, ਨੈਕ ਪੇਨ ਹੋਊ, ਉਹ ਆਮ ਤੌਰ 'ਤੇ ਆਪਣੇ ਆਪ ਹੀ ਠੀਕ ਹੋ ਜਾਂਦਾ 1-2 ਦਿਨਾਂ 'ਚ, ਤੁਸੀਂ ਜੇਕਰ ਉਹਦਾ ਬਰਫ਼ ਦਾ ਸੇਕ ਕਰੋ ਜਾਂ ਰੈਸਟ ਕਰੋ। ਬਟ ਜਿਹੜੇ ਮੇਜਰ ਲੱਛਣ ਹੈ ਜਿਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਉਹ ਹੁੰਦਾ ਜੇਕਰ ਲੱਤ ਜਾਂ ਬਾਂਹ ਵਿੱਚ ਇੱਦਾਂ ਰੇਡੀਏਟਿੰਗ ਪੇਨ ਜਾਵੇ, ਜਾਂ ਕੋਈ ਨਵਾਂ ਸੁੰਨਪਣਾ ਆਵੇ, ਜਾਂ ਹੱਥਾਂ ਦਾ ਜਾਂ ਪੈਰਾਂ ਦੀ ਵੀਕਨੈਸ ਆਵੇ, ਜਾਂ ਤੁਰੰਤ 'ਚ ਬੈਲੈਂਸ ਖਰਾਬ ਹੋਣ ਲੱਗ ਜਾਵੇ, ਜਾਂ ਰੋਟੀ ਤੋੜਨੀ ਮੁਸ਼ਕਿਲ ਹੋ ਜਾਵੇ, ਜਾਂ ਰਾਤ ਨੂੰ ਸੁੱਤੇ ਸੁੱਤੇ ਵੀ ਚੀਕਾਂ ਨਾਲ ਦਰਦ ਉੱਠਦਾ ਹੋਵੇ, ਇਹ ਚੀਜ਼ਾਂ ਅਜਿਹੀਆਂ ਹੈ ਜਿਹਨੂੰ ਤੁਸੀਂ ਲੰਬਾ ਟਾਈਮ ਤੱਕ ਇਗਨੋਰ ਨਹੀਂ ਕਰ ਸਕਦੇ, ਹਫ਼ਤੇ ਤੋਂ ਇਹ ਸਿਮਟਮ ਹੈ, ਤਾਂ ਬੈਸਟ ਹੈ ਕਿ ਇੱਕ ਸਪਾਈਨ ਸਪੈਸ਼ਲਿਸਟ ਨੂੰ ਦਿਖਾਓ, ਉਹਦਾ ਸਹੀ ਡਾਇਗਨੋਸਿਸ ਬਣਾ ਕੇ ਉਸ ਤੋਂ ਬਾਅਦ ਉਹਦਾ ਜੋ ਜੇਕਰ ਇਲਾਜ ਜੋ ਕਰਨਾ ਉਹ ਕੀਤਾ ਜਾਵੇ। ਇੱਕ ਡਾਕਟਰ ਸਾਹਿਬ, ਬੜੇ ਲੋਕਾਂ ਦੇ ਧਿਆਨ ਦੇ ਵਿੱਚ ਹੁੰਦਾ ਜਦੋਂ ਕਿਸੇ ਨੇ ਸਪਾਈਨ ਦੀ ਪ੍ਰੋਬਲਮ ਹੋ ਜਾਂਦੀ ਨਾ, ਤਾਂ ਕੀ ਗੱਲਾਂ ਕਰਦਾ ਵੀ ਸ਼ਾਇਦ ਮੂਵ ਲਗਾ ਲਈਏ, ਜਾਂ ਫਿਰ ਇੱਦਾਂ ਦੀਆਂ ਜਿਹੜੀਆਂ ਦਵਾਈਆਂ ਆਉਂਦੀਆਂ ਨੇ ਕਿਸੇ ਕਮਿਸ਼ ਤੋਂ ਲਿਆ ਕੇ ਆਪਾਂ ਲਗਾ ਲਿਆ, ਜਾਂ ਫਿਰ ਇੱਦਾਂ ਆਪਾਂ ਟਕੋਰ ਕਰ ਲਈਏ, ਉਹ ਜਿਹੜਾ ਦੇਸੀ ਜਗਾੜ ਹੁੰਦਾ ਨਾ ਆਪਾਂ ਉਹ ਕਰ ਲੈਂਦੇ ਹਾਂ, ਕਿ ਸਾਨੂੰ ਦੇਸੀ ਜਗਾੜ ਕਰਨਾ ਚਾਹੀਦਾ, ਜਾਂ ਫਿਰ ਕੋਈ ਕਿਸ ਤਰ੍ਹਾਂ ਦਾ ਕੋਈ ਹੈ ਜਿਹੜਾ ਉਹ ਠੀਕ ਹੋ ਸਕੇ ਮਰੀਜ਼? ਜੀ ਦੇਖੋ, ਇਨ ਵੈਰੀ ਨੈਚੁਰਲ ਹਿਊਮਨ ਟੈਂਡੈਂਸੀ ਹੈ ਕਿ ਜੇਕਰ ਪਹਿਲਾਂ ਤਾਂ ਕੋਈ ਬੰਦਾ ਕਿਸੇ ਵੀ ਮੁਸੀਬਤ ਵਾਸਤੇ ਤਿਆਰ ਹੀ ਨਹੀਂ ਹੁੰਦਾ, ਤਾਂ ਜਦ ਹੁੰਦੀ ਹੈ ਤਾਂ ਪਹਿਲਾਂ ਸੋਚਦਾ ਕਿ ਛੋਟੀ ਹੀ ਚੀਜ਼ ਹੋਣੀ ਹੈ, ਤਾਂ ਘਰ 'ਚ ਆਪਣੇ ਆਪ ਹੀ ਰਿਪੇਅਰ ਕਰਨ ਦੀ ਕੋਸ਼ਿਸ਼ ਕਰਦਾ, ਤਾਂ 1-2 ਦਿਨ ਵਿੱਚ ਬੰਦਾ ਇੱਦਾਂ ਦੀ ਕੋਸ਼ਿਸ਼ ਕਰਦਾ। ਬਟ ਤੁਹਾਨੂੰ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਕਰਾਉਣੀ ਚਾਹੀਦੀ ਜਿਸ ਨਾਲ ਕੋਈ ਝਟਕਾ ਲੱਗੇ, ਜਾਂ ਉਹ ਬਿਮਾਰੀ ਵੱਧ ਜਾਵੇ, ਜਾਂ ਤੁਹਾਡੇ ਸਾਹਮਣੇ ਤੁਹਾਡੇ ਸਿਮਟਮਸ ਵਧੀ ਜਾ ਰਹੇ ਨੇ, ਉਂਗਲਾਂ ਚੱਲਣੀਆਂ ਸਲੋ ਹੋ ਰਹੀਆਂ ਅਤੇ ਤੁਸੀਂ ਹੋਰ ਪਾਸੇ ਇਲਾਜ ਕਰਾਈ ਜਾ ਰਹੇ, ਇਹ ਚੀਜ਼ਾਂ ਤਾਂ ਅਵੋਇਡ ਕਰਨੀਆਂ ਚਾਹੀਦੀਆਂ। ਔਰ ਜੇਕਰ ਸਿਮਟਮ ਹਫ਼ਤਾ 10 ਦਿਨ ਤੋਂ ਵਧੀ ਜਾ ਰਹੇ ਨੇ ਤਾਂ ਇਮੀਡੀਏਟਲੀ ਸਪੈਸ਼ਲਿਸਟ ਨੂੰ ਮਿਲੋ। ਇੱਕ ਇਹ ਵੀ ਹੁੰਦਾ ਡਾਕਟਰ, ਜੇਕਰ ਕਿਸੇ ਨੂੰ ਇੱਦਾਂ ਦੀ ਪ੍ਰੋਬਲਮ ਆ ਜਾਂਦੀ ਹੈ, ਖਾਸ ਤੌਰ 'ਤੇ ਰੀੜ ਦੀ ਹੱਡੀਆਂ ਦੀ, ਔਰਤਾਂ ਨੂੰ ਬਹੁਤ ਆਉਂਦੇ ਨੇ ਕਿਉਂਕਿ ਜਿਹੜੀ ਗਰਭਵਤੀ ਔਰਤ ਆਉਂਦੇ ਨੇ ਬੱਚਾ ਪੈਦਾ ਹੋਣ ਤੋਂ ਬਾਅਦ ਨਾ, ਤਾਂ ਉਹਨਾਂ ਦੀ ਜਿਹੜੀ ਹੈ ਪ੍ਰੋਬਲਮ ਕਿਤੇ ਨਾ ਕਿਤੇ ਉਹ ਵੱਧ ਜਾਂਦੀ ਹੈ, ਕਿਉਂਕਿ ਓਪਰੇਸ਼ਨ ਹੋ ਜਾਂਦਾ ਕਈ ਔਰਤਾਂ ਦਾ, ਤਾਂ ਉਸ ਤੋਂ ਬਾਅਦ ਜਿਹੜਾ ਕਈ ਡਾਕਟਰ ਤਾਂ ਕਹਿੰਦੇ ਨੇ ਵੀ ਇਹਨਾਂ ਦਾ ਓਪਰੇਸ਼ਨ ਹੋਊਗਾ, ਪਰ ਉਹ ਕਹਿੰਦੇ ਸੀ ਓਪਰੇਸ਼ਨ ਨਹੀਂ ਕਰਾਉਣਾ ਵੀ ਦੇਸੀ ਜਗਾੜ ਕਰ ਲੈਣਾ, ਜਾਂ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ, ਜਾਂ ਟਕੋਰ ਕਰ ਲੈਣੀ ਹੈ, ਜਾਂ ਫਿਰ ਬਰਫ਼ ਮਰ ਲੈਣੀ ਹੈ, ਜਾਂ ਫਿਰ ਮੂੰਹ ਮਰ ਲੈਣੀ ਹੈ, ਜਾਂ ਇੱਦਾਂ ਦੀਆਂ ਦਵਾਈਆਂ ਬਹੁਤ ਆਉਂਦੀਆਂ ਨੇ। ਕੀ ਲੱਗਦਾ ਕਿ ਜੇਕਰ ਇੱਦਾਂ ਦੀ ਕੋਈ ਬਿਮਾਰੀ ਆਉਂਦੀ ਹੈ ਉਹਨੂੰ ਕੀ ਕਰਨਾ ਚਾਹੀਦਾ? ਜਿਹੜਾ ਲੇਡੀਜ਼ 'ਚ ਪ੍ਰੋਬਲਮ ਆਉਂਦੀ ਹੈ ਸਪੈਸ਼ਲੀ ਗਰਭ ਤੋਂ ਬਾਅਦ, ਜਾਂ ਹਾਰਮੋਨ ਚੇਂਜਸ ਪੋਸਟ ਮੈਨੋਪੌਜ਼ਲ ਕਹਿੰਦੇ, ਉਹ ਮੋਸਟਲੀ ਹਾਰਮੋਨ ਰਿਲੇਟਡ ਹੁੰਦੇ ਆ, ਉਸ ਵਿੱਚ ਕੋਈ ਸਰਜਰੀ ਦੀ ਲੋੜ ਨਹੀਂ ਹੁੰਦੀ, ਤਾਂ ਲੇਡੀਜ਼ ਨੂੰ ਘਬਰਾਉਣ ਦੀ ਲੋੜ ਨਹੀਂ ਕਿ ਡਾਕਟਰ ਕੋਲ ਜਾਣਗੇ ਤਾਂ ਸਿੱਧਾ ਸਰਜਰੀ ਬੋਲਣਗੇ। ਮੋਸਟਲੀ ਉਹਦਾ ਇਹੀ ਹੈ ਕਿ ਤੁਸੀਂ ਉਸ 'ਚ ਇਨੀਸ਼ੀਅਲੀ ਪੇਨ ਹੈ, ਪੇਨ ਕਿਲਰ ਲਓ, ਬਰਫ਼ ਦਾ ਸੇਕ ਕਰੋ, ਜਾਂ ਫਿਜ਼ੀਓਥੈਰੇਪੀ ਕਰੋ, ਪ੍ਰੀਕੋਸ਼ਨਸ ਰੱਖੋ, ਲੌਂਗ ਟਰਮ ਨਾ ਹੋਵੇ ਤਾਂ ਉਸ ਵਿੱਚ ਆਪਣੀ ਐਕਟੀਵਿਟੀ ਵਧਾਓ ਤਾਂ ਕਿ ਮਸਲਸ ਡਿਵੈਲਪ ਹੋਣ। ਤੁਸੀਂ ਨੋਟਿਸ ਕੀਤਾ ਹੋਊ ਜਿੰਨੀ ਵੀ ਇਹ ਫਿਲਮ ਹੀਰੋਇਨਸ ਹੈ, ਜਿੱਦਾਂ ਹੀ ਇਹਨਾਂ ਦਾ ਬੱਚਾ ਹੁੰਦਾ ਨਾਲ ਦੀ ਨਾਲ ਹੀ ਜਿਮ ਜਾਣਾ ਸ਼ੁਰੂ ਕਰ ਦਿੰਦੀਆਂ, ਔਰ ਇੱਕਦਮ ਫਿੱਟ ਹੋ ਜਾਂਦੀਆਂ, ਫਿਲਮਾਂ ਜਾਣੀ ਸ਼ੁਰੂ ਹੁੰਦੀਆਂ। ਦਿਸ ਇਜ਼ ਦ ਰੀਜ਼ਨ, ਇਹ ਰੀਜ਼ਨ। ਇੱਕ ਮੇਰਾ ਹੋਰ ਸਵਾਲ ਸੀ, ਜਿਮ ਦੀ ਗੱਲ ਕੀਤੀ ਹੈ, ਕਿਉਂਕਿ ਨੌਜਵਾਨ ਵੀ ਜਿਮ ਬਹੁਤ ਲਗਾਉਂਦੇ ਨੇ, ਕਈ ਵਾਰ ਇੱਦਾਂ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਜੀ, ਡਿਸਕ ਦੀ ਪ੍ਰੋਬਲਮ ਖਾਸ ਤੌਰ 'ਤੇ ਹੁੰਦੀ ਹੈ, ਕੀ ਲੱਗਦਾ ਕਿ ਤੁਹਾਨੂੰ ਉਹ ਵੀ, ਮੈਂ ਤੁਹਾਨੂੰ ਇੱਕ ਨਾ ਜਿਹੜੇ ਖਾਸ ਤੌਰ 'ਤੇ ਜਿਮ ਲਗਾਉਂਦੇ ਨੇ ਤਾਂ ਉਹਨਾਂ ਵਾਸਤੇ ਜਿਹੜਾ ਪਾਊਡਰ ਵਗੈਰਾ ਜਿਹੜਾ ਖਾਂਦੇ ਨੇ ਉਹ, ਤਾਂ ਉਹ ਵੀ ਕਿਤੇ ਨਾ ਕਿਤੇ ਲੱਗਦਾ ਕਿ ਸਾਈਡ ਇਫੈਕਟ ਨੇ ਸਰੀਰ ਦੇ ਲਈ? ਦੇਖੋ, ਜਿਮ ਜਿਹੜੇ ਜਾਂਦੇ ਨੇ ਨਾ, ਉਸ ਵਿੱਚ ਕਈ ਗਲਤੀਆਂ ਹੋ ਜਾਂਦੀਆਂ ਨੇ। ਜਿਮ ਤੁਸੀਂ ਜਾ ਰਹੇ ਹੋ ਇੱਕਦਮ ਮੇਰੀ ਜਲਦੀ ਬੋਡੀ ਬਣ ਜਾਵੇ, ਪਹਿਲਾਂ ਆਪਣੇ ਆਪ ਨੂੰ ਪ੍ਰਾਈਮ ਕਰਨਾ ਪੈਂਦਾ, ਪਹਿਲਾਂ ਤੋਂ ਹਲਕੀਆਂ ਐਕਸਰਸਾਈਜ਼ ਕਰੋ, ਤੁਹਾਡੀ ਫੋਰਮ ਨਹੀਂ ਕਦੇ ਗਲਤ ਹੋਣੀ ਚਾਹੀਦੀ, ਨਹੀਂ ਤਾਂ ਝਟ ਗਲਤ ਉਲਟਾ ਵੀ ਪੈ ਸਕਦਾ। ਦੂਜਾ ਹੈ ਕਿ ਹੌਲੀ ਹੌਲੀ ਇੱਕ ਇੱਕ ਚੀਜ਼ ਨੂੰ ਵਧਾਓ, ਜਿਹੜੇ ਪ੍ਰੋਟੀਨ ਪਾਊਡਰ ਹੋ ਗਏ, ਸਪਲੀਮੈਂਟਸ ਹੋ ਗਏ, ਉਹ
ਤੁਹਾਡੀ ਬੋਡੀ ਨੂੰ ਚੇਂਜ ਨਹੀਂ ਕਰ ਸਕਦੇ ਜੀ। ਇਫ ਜੇਕਰ ਡੈਫੀਸ਼ੈਂਸੀ ਹੈ, ਤੁਹਾਡੀ ਖੁਰਾਕ 'ਚ ਡੈਫੀਸ਼ੈਂਸੀ ਹੈ, ਉਹਨੂੰ ਪੂਰਾ ਕਰਨ ਵਾਸਤੇ ਤੁਹਾਨੂੰ ਮਜਬੂਰੀ ਹੈ ਤਾਂ ਲਓ। ਬਟ ਜੇਕਰ ਤੁਸੀਂ ਵੈਲ ਬੈਲੈਂਸ ਡਾਇਟ ਰੱਖੀ ਹੈ, ਜੇਕਰ ਤੁਸੀਂ ਹਰ ਕਲਰ ਦੀ ਵੈਜੀਟੇਬਲ, ਹਰ ਕਲਰ ਦਾ ਫਰੂਟ ਖਾ ਰਹੇ ਹੋ, ਦੁੱਧ ਲੈ ਰਹੇ ਹੋ ਔਰ ਪ੍ਰੋਟੀਨ ਰਿਚ ਡਾਇਟ ਲੈ ਰਹੇ ਹੋ, ਤਾਂ ਤੁਹਾਨੂੰ ਨੋਰਮਲੀ ਕਮੀ ਆਉਂਦੀ ਨਹੀਂ ਹੈ। ਤੁਸੀਂ ਕਿੰਨਾ ਵੀ ਪ੍ਰੋਟੀਨ ਲੈ ਲਓ, ਜਦ ਤੱਕ ਐਕਸਰਸਾਈਜ਼ ਦਾ ਫਾਰਮ ਠੀਕ ਨਹੀਂ ਹੈ, ਮਸਲ ਨਹੀਂ ਬਣਨੇ। ਇੱਕ ਇਹ ਵੀ ਹੁੰਦਾ ਵੀ ਹਾਂ, ਕਹਿੰਦੇ ਅਕਸਰ ਵੀ ਸਾਡੀਆਂ ਹੱਡੀਆਂ ਭੁਰ ਰਹੀਆਂ ਨੇ, ਕੋਈ ਇੱਦਾਂ ਦਾ ਬੜਾ ਦਿਮਾਗ ਦੇ ਵਿੱਚ ਆਉਂਦਾ, ਯਾਰ ਮੇਰੀ ਸਰੀਰ ਦੀ ਸਰੀਰ ਦੀ ਜਿਹੜੀ ਹੱਡੀ ਭੁਰ ਰਹੀ ਹੈ, ਕੋਈ ਇੱਦਾਂ ਦਾ ਵੀ ਹੁੰਦਾ? ਨਹੀਂ, ਇੱਦਾਂ ਕੁਛ ਨਹੀਂ ਹੈ। ਆਪਣੇ ਨਾ ਸਰੀਰ ਦੇ ਬੜੇ ਅਜੀਬ ਅਜੀਬ ਸਿਮਟਮ ਦੇਣ ਦੀ ਆਦਤ ਹੁੰਦੀ ਹੈ, ਅੱਧੇ ਸਿਮਟਮ ਨੂੰ ਜਿਹੜਾ ਹੈ ਵੇਖੋ, ਉਹਨੂੰ ਅਨਸੈਸਰੀ ਜ਼ਿਆਦਾ ਤਵੱਜੋ ਨਹੀਂ ਦੇਣੀ ਚਾਹੀਦੀ। ਅੱਛਾ, ਠੀਕ ਹੈ। ਹੁਣ ਡਾਕਟਰ ਸਾਹਿਬ, ਕਿੱਦਾਂ ਕੁ ਜਿਹੜੇ ਤੁਹਾਡੇ ਕੋਲ ਕੇਸ ਜਿਹੜੇ ਇੱਦਾਂ ਦੇ ਆ ਚੁੱਕੇ, ਕੋਈ ਏਜ ਲਿਮਿਟ ਹੈਗੀ ਆ ਵੀ ਹਾਂ ਬਜ਼ੁਰਗਾਂ ਨੂੰ ਜ਼ਿਆਦਾ ਆ ਰਹੇ ਨੇ ਜਾਂ ਬੱਚਿਆਂ ਨੂੰ ਆ ਰਹੇ ਜਾਂ ਮਾਤਾਵਾਂ ਨੂੰ ਆ ਰਹੇ ਨੇ? ਜੇਕਰ ਕਿ ਆ ਰਹੇ ਨੇ, ਖਾਸ ਤੌਰ 'ਤੇ ਕਿੰਨੀ ਕੇਸ ਦੇ ਲੋਕ ਜਿਹੜੇ ਨੇ ਉਹ ਠੀਕ ਹੋ ਰਹੇ ਨੇ ਜਾਂ ਫਿਰ ਘੱਟ ਉਮਰ ਦੇ ਨੇ ਜਾਂ ਵੱਧ ਉਮਰ ਦੇ ਨੇ? ਦੇਖੋ, ਸਪਾਈਨ ਦੀ ਪ੍ਰੋਬਲਮ ਜਨਮ ਤੋਂ ਲੈ ਕੇ 90 ਸਾਲ ਦੀ ਉਮਰ ਤੱਕ ਕਿਸੇ ਨੂੰ ਵੀ ਆ ਸਕਦੀ ਹੈ। ਹਰ ਬੰਦੇ ਨੂੰ ਵੱਖਰੀਆਂ ਪ੍ਰੋਬਲਮ ਹੁੰਦੀਆਂ, ਕਈਆਂ ਨੂੰ ਸੱਟਾਂ ਦੇ ਕਾਰਨ ਉਹਨਾਂ ਦੇ ਮਨਕੇ ਟੁੱਟੇ ਹੁੰਦੇ, ਕਈਆਂ ਦੇ TB ਜਾਂ ਇਨਫੈਕਸ਼ਨ ਦੇ ਕਾਰਨ ਮਨਕੇ ਗਲ ਗਏ ਹੁੰਦੇ, ਉਹ ਕਿਸੇ ਵੀ ਉਮਰ 'ਚ ਹੋ ਸਕਦਾ। ਬਾਕੀ ਜਿਹੜਾ ਉਮਰ ਦੇ ਨਾਲ ਜੋੜ ਕਿਸ ਕੇ ਨਸਾਂ ਦੱਬਣ ਦੇ ਸਿਮਟਮ ਹੈ, ਉਹ ਨੋਰਮਲੀ ਓਲਡ ਏਜ 'ਚ ਆਉਂਦੇ ਹੈ। ਸਿਮਿਲਰਲੀ ਡਿਸਕ ਪ੍ਰੋਲੈਪਸ ਹੋ ਗਿਆ, ਉਹਦੇ ਕਾਰਨ ਸ਼ਿਆਟਿਕਾ ਹੋ ਗਿਆ, ਉਹ ਕਈ ਵਾਰ ਯੰਗ ਲੋਕਾਂ 'ਚ ਵੀ ਹੁੰਦਾ। ਅਸੀਂ ਹਰ ਉਮਰ ਦੇ ਬੰਦਿਆਂ ਨੂੰ ਟ੍ਰੀਟ ਕਰਦੇ ਹਾਂ। ਉਸ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਅਸੀਂ ਓਪਰੇਟ ਕੀਤਾ, ਉਹ 2 ਸਾਲ ਦਾ ਕੀਤਾ, ਔਰ ਸਭ ਤੋਂ ਵੱਡਾ ਬਜ਼ੁਰਗ ਜੋ ਕੀਤਾ ਉਹ 92 ਸਾਲ ਦਾ। ਜੀ ਜੀ, ਜਿਹੜਾ 2 ਸਾਲ ਦੀ ਗੱਲ ਕਰ ਰਹੇ ਹੋ, ਉਹਨੂੰ ਕੀ ਪ੍ਰੋਬਲਮ? 2 ਸਾਲ ਦੇ ਬੱਚੇ ਨੂੰ ਵੀ ਇੱਦਾਂ ਦੀ ਪ੍ਰੋਬਲਮ ਆ ਸ਼ੁਰੂ ਹੋ ਗਈ ਜੀ? ਉਹਨਾਂ ਨੇ ਤਾਂ ਵਰਕ ਨਹੀਂ ਕਰਨਾ, ਕੁਛ ਨਹੀਂ ਕਰਨਾ? ਨਹੀਂ, ਉਹਨਾਂ ਨੂੰ ਡਿਸਕ ਦੀ ਪ੍ਰੋਬਲਮ ਨਹੀਂ ਸੀ, ਉਹਨਾਂ ਨੂੰ ਜਨਮਾਂਦਰੂ ਉਹਨਾਂ ਦਾ ਜਿਹੜਾ ਮਨਕਾ ਸੀ ਉਹ ਡਿਫੈਕਟਿਵ ਬਣਿਆ ਸੀ, ਔਰ ਜਿਹਦੇ ਕਾਰਨ ਉਹਨਾਂ ਦੀ ਪੂਰੀ ਪੇਟ ਦੀ ਸ਼ੇਪ ਬਹੁਤ ਫਾਸਟ ਚੇਂਜ ਹੋ ਰਹੀ ਸੀ ਜੀ। ਤਾਂ ਉਸ ਨੂੰ ਸਿੱਧਾ ਕਰਨਾ, ਜਿਹਨੂੰ ਆਪਾਂ ਕਾਈਫੋਸਿਸ ਐਂਡ ਸਕੋਲੀਓਸਿਸ ਸਰਜਰੀ ਕਹਿੰਦੇ ਹਾਂ, ਔਰ ਤਾਂ ਕਿ ਉਹ ਹੋਰ ਨਾ ਵਧੇ, ਉਸ ਵਾਸਤੇ ਜਲਦੀ ਸਾਨੂੰ ਇੰਟਰਵੈਂਸ਼ਨ ਜਾਂ ਜਲਦੀ ਇਨਵੋਲਵਮੈਂਟ ਦੀ ਲੋੜ ਪੈ ਗਈ। ਜਾਂ ਬਿਲਕੁਲ ਡਾਕਟਰ ਸਾਹਿਬ, ਇੱਕ ਬੜਾ ਹੁੰਦਾ ਕਿਉਂਕਿ ਨਾ ਖਾਸ ਤੌਰ 'ਤੇ ਜਿਹੜੇ ਪੁਰਾਣੇ ਬਜ਼ੁਰਗ ਨੇ ਜਾਂ ਪੁਰਾਣੀਆਂ ਮਾਤਾਵਾਂ ਨੇ ਜਾਂ ਘਰ ਦੇ ਸਭ ਜਾਣੀ ਕਿ ਹੈਗਾ ਜਿਹੜੇ ਪਰਿਵਾਰ ਦਾ ਮੋਢੀ ਹੁੰਦਾ, ਜਦੋਂ ਕੋਈ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਨਾ, ਕਿਸੇ ਦੀ ਡਿਸਕ ਦੁੱਖ ਜਾਂਦੀ ਆ ਜਾਂ ਪਿੱਠ ਦਰਦ ਹੁੰਦੀ ਆ, ਤਾਂ ਆਪਾਂ ਕਹਿ ਦਿੰਦੇ ਹਾਂ ਯਾਰ ਉਹਦੇ ਕੋਲ ਚਲੇ ਜਾ, ਉਹ ਤੇਰੀ ਨਾ ਮਾਲਿਸ਼ ਕਰੂਗਾ, ਕਾਲਾ ਤੇਲ ਲਾਊਗਾ ਜਾਂ ਨੀਲਾ ਤੇਲ ਲਾਊਗਾ ਜਾਂ ਹੋਰ ਤੇਲ ਲਾਊਗਾ, ਉਹ ਤੇਰੀ ਮਾਲਿਸ਼ ਕਰਕੇ ਬਿਲਕੁਲ ਠੀਕ ਕਰ ਦੂਗਾ। ਕਿ ਬਾਕੀ ਸਾਨੂੰ ਮਾਲਿਸ਼ ਕਰਾਉਣੀ ਚਾਹੀਦੀ ਹੈ ਜਾਂ ਨਹੀਂ ਕਰਾਉਣੀ ਚਾਹੀਦੀ? ਦੇਖੋ, ਜਿੱਥੇ ਸਿਰਫ ਤੁਹਾਨੂੰ ਸ਼ਿਓਰ ਹੈ ਕਿ ਮਸਲ ਪੇਨ ਹੈ, ਚੁੱਕ ਪਈ ਹੈ, ਉਸ ਵਾਸਤੇ ਮਾਲਿਸ਼ ਹੈਲਪਫੁਲ ਹੋ ਸਕਦੀ ਹੈ। ਪਰ ਜੇਕਰ ਤੁਹਾਡੀ ਡਿਸਕ ਹਿੱਲ ਗਈ ਹੈ, ਸ਼ਿਆਟਿਕਾ ਹੈ, ਨਸ ਦੱਬ ਗਈ ਹੈ, ਨਸ ਸੁੰਨ ਪੈ ਰਹੀ ਹੈ, ਪੈਰ ਵੀਕ ਹੋ ਰਹੇ ਨੇ, ਉਸ ਵਿੱਚ ਮਾਲਿਸ਼ ਕੁਛ ਨਹੀਂ ਕਰ ਪਾਊਗੀ, ਬਲਕਿ ਤੁਸੀਂ ਨੋਟ ਓਨਲੀ ਆਪਣਾ ਇੰਪੋਰਟੈਂਟ ਟਾਈਮ ਵੇਸਟ ਕਰ ਰਹੇ ਹੋ, ਕਈ ਵਾਰ ਕੰਮ ਵਧਾ ਵੀ ਸਕਦੇ ਹੋ। ਕੋਈ ਇੱਦਾਂ ਦੇ ਕੇਸ ਵੀ ਆਉਂਦੇ ਸਾਡੇ ਕੋਲ? ਬਿਲਕੁਲ ਜੀ। ਕੋਈ ਕੋਈ ਦੱਸੋ ਵੀ ਕਿਹੜਾ ਕੇਸ ਜਿਵੇਂ ਤੁਹਾਡੇ ਕੋਲ ਆਏ ਹੋਣ ਵੀ ਹਾਂ ਬਾਕੀ ਉਹ ਮਾਲਿਸ਼ ਕਰਕੇ ਆਇਆ ਹੋਵੇ, ਤਾਂ ਉਸ ਤੋਂ ਕਹੋਗੇ ਨਾ ਅੱਜ ਕੱਲ੍ਹ, ਕਿਉਂਕਿ ਮਾਲਿਸ਼ ਵਾਲ ਤਾਂ ਪਤਾ ਨਹੀਂ ਵੀ ਹਾਂ ਵੀ ਤੁਹਾਡੇ ਕੋਈ ਇਹ ਪ੍ਰੋਬਲਮ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਹਾਂ ਡਿਸਕ ਦੀ ਪ੍ਰੋਬਲਮ ਹੈ ਜਾਂ ਫਿਰ ਮਸਲ ਜਿਹੜੀ ਹੈ ਉਹਨਾਂ ਦੀ ਦੱਬੀ ਹੋਈ ਹੈ, ਉਹਨੇ ਤਾਂ ਆਪਣੀ ਮਾਲਿਸ਼ ਕਰ ਦੇਣੀ ਹੈ। ਮੈਂ ਇਗਜ਼ਾਮਪਲ ਦੇ ਰੂਮ 'ਤੇ ਨਾ ਇੱਕ ਬੜਾ ਵਧੀਆ ਤੁਹਾਨੂੰ ਇਗਜ਼ਾਮਪਲ ਦਿੰਦਾ। ਇੱਕ ਬਹੁਤ ਰਿਟਾਇਰਡ ਜੱਜ ਸਾਹਿਬ ਹੈ ਜਿਹੜੇ ਕਿ ਹਾਈਕੋਰਟ ਤੋਂ ਐਜ਼ ਏ ਵੈਰੀ ਸੀਨੀਅਰ ਜੱਜ ਰਿਟਾਇਰ ਹੋਏ, ਬੜੇ ਹੀ ਔਰ ਪੜ੍ਹਾਉਂਦੇ ਆ ਇਸ ਉਮਰ 'ਚ ਵੀ। ਉਹਨਾਂ ਦੀ ਜਦ ਮੇਰੇ ਕੋਲ ਆਏ, ਉਹ 2016-17 ਦੀ ਗੱਲ ਹੈ, ਅਤੇ 73 ਈਅਰਸ ਏਜ ਸੀ। ਉਹਨਾਂ ਨੂੰ ਪਿੱਠ 'ਚ ਦਰਦ ਹੋਇਆ, ਤਾਂ ਓਬਵੀਅਸਲੀ ਪਹਿਲਾਂ ਮਾਲਿਸ਼ ਕਰਾਈ, ਉਹਦਾ ਕੋਈ ਫਾਇਦਾ ਨਹੀਂ ਹੋਇਆ। ਫਿਰ ਉਹਨਾਂ ਨੇ ਬਹੁਤ ਅਲੱਗ ਅਲੱਗ ਡਾਕਟਰਸ ਨੂੰ ਦਿਖਾਇਆ, ਅਲਟੀਮੇਟਲੀ ਕਿਸੇ ਨੇ ਬੋਲਿਆ ਇਨਫੈਕਸ਼ਨ ਹੈ, ਇਹ ਉਹਨੂੰ ਲੱਤਾਂ ਖੜਨ ਲੱਗ ਗਈਆਂ ਜੀ। ਮੇਰੇ ਕੋਲ ਆਏ ਔਰ ਮੈਂ ਇਮੀਡੀਏਟਲੀ ਬੋਲਿਆ ਕਿ ਨਾ ਹੀ ਇਨਫੈਕਸ਼ਨ ਹੈ ਅਤੇ ਨਾ ਹੀ ਇਹ ਚੁੱਕ ਹੈ, ਇਹਨਾਂ ਨੂੰ ਐਂਕਲੋਜ਼ਿੰਗ ਸਪੌਂਡਲਾਈਟਿਸ ਦੇ ਕਾਰਨ, ਹਲਕੀ ਜਿਹੀ ਇੰਜਰੀ ਕਾਰਨ ਉਹਨਾਂ ਦਾ ਬੈਕ ਟੁੱਟ ਗਈ ਸੀ ਔਰ ਨਸਾਂ ਦੱਬਣ ਲੱਗ ਗਈਆਂ ਸੀ। ਇਮੀਡੀਏਟਲੀ ਸਰਜਰੀ ਕੀਤੀ, ਉਸ ਓਪਰੇਸ਼ਨ ਨੂੰ 7 ਸਾਲ ਹੋ ਗਏ ਨੇ, ਹੁਣ ਉਹ ਫਿਰ ਤੋਂ ਆਪਣਾ ਸਾਰਾ ਕੰਮ ਕਰਦੇ, ਪੜ੍ਹਾਉਂਦੇ ਨੇ, ਸੈਰ ਕਰਦੇ ਨੇ। ਐਂਡ ਅਜੇ ਕੇਸ 'ਚ ਮੈਂ ਮੰਨਦਾ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਐਜ਼ ਅ ਡਾਕਟਰ ਮੈਂ ਕਿਸੇ ਦੀ ਲਾਈਫ ਚੇਂਜ ਕੀਤੀ, ਐਂਡ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਬੜਾ ਇੰਪੈਕਟ ਕੀਤਾ, ਤਾਂ ਹਰ ਚੀਜ਼ ਵਿੱਚ ਮਾਲਿਸ਼ ਤਾਂ ਨਹੀਂ ਕਰ ਸਕਦੇ। ਠੀਕ ਹੈ, ਬਿਲਕੁਲ ਡਾਕਟਰ ਸਾਹਿਬ, ਜਾਂਦੇ ਜਾਂਦੇ ਖਾਸ ਤੌਰ 'ਤੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ, ਕਿਉਂਕਿ ਜਿਹੜੇ ਲੋਕਾਂ ਨੂੰ ਇੱਦਾਂ ਦੀ ਪ੍ਰੋਬਲਮ ਹੈ, ਖਾਸ ਤੌਰ 'ਤੇ
ਕਿ ਤੁਹਾਡੇ ਨਾਲ ਕਿਵੇਂ ਸੰਪਰਕ ਕਰਨ ਅਤੇ ਕਿਵੇਂ ਉਹਨਾਂ ਦੀ ਠੀਕ ਹੋ ਸਕਦੀ ਹੈ ਅਤੇ ਡਾਇਟ ਕਿਹੜੀ ਲੈਣ ਉਹ? ਮੇਰਾ ਮੈਸੇਜ ਬੜਾ ਸਿੰਪਲ ਹੈ ਕਿ ਆਪਾਂ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰੀਏ, ਆਪਣੇ ਵਾਸਤੇ ਟਾਈਮ ਕੱਢੀਏ, ਉਸ ਵਾਸਤੇ ਟਾਈਮ 'ਤੇ ਉੱਠਣਾ ਪੈਣਾ। ਨੰਬਰ 1, ਖੁਰਾਕ ਵਿੱਚ ਜਿਹੜੀ ਚੀਜ਼ ਮੈਦੇ ਵਾਲੀ ਹੈ, ਮਿੱਠੇ ਵਾਲੀ ਹੈ, ਕਰੀਮ ਵਾਲੀ ਹੈ, ਉਹ ਘੱਟ ਯੂਜ਼ ਕਰੋ। ਰੈਗੂਲਰ ਯੋਗਾ ਐਂਡ ਸੈਰ ਦੀ ਆਦਤ ਪਾਓ, ਉਸ ਨਾਲ ਕੋਈ ਨੁਕਸਾਨ ਨਹੀਂ ਹੋਣਾ। ਜੇਕਰ ਤੁਹਾਨੂੰ ਬਹੁਤ ਸੀਰੀਅਸ ਸਿਮਟਮ ਹੈ, ਜਿਵੇਂ ਕੁਬੜਾਪਨ ਆ ਰਿਹਾ ਹੈ, ਲੱਤਾਂ ਸੁੰਨ ਹੋ ਰਹੀਆਂ ਨੇ, ਤੁਰਨ 'ਚ ਤੁਹਾਨੂੰ ਪਿੱਠ 'ਚ ਬਹੁਤ ਦਰਦ ਹੋ ਰਹੀ ਹੈ, ਤੁਹਾਡੀ ਨੋਰਮਲ ਡੇਲੀ ਐਕਟੀਵਿਟੀ ਕੰਸਿਸਟੈਂਟਲੀ ਬਾਰ ਬਾਰ ਇਫੈਕਟ ਹੋ ਰਹੀ ਹੈ, ਉਸ ਵਿੱਚ ਇੱਕ ਸਪੈਸ਼ਲਿਸਟ ਨੂੰ ਦਿਖਾਓ। ਮੇਰਾ ਨਾਮ ਡਾਕਟਰ ਜੋਸ਼ੀ ਹੈ, ਡਾਕਟਰ ਦੀਪਕ ਜੋਸ਼ੀ, ਮੈਂ ਫੋਰਟਿਸ ਮੋਹਾਲੀ 'ਚ ਹਾਂ, ਸਾਡੇ ਕੋਲ ਆ ਸਕਦੇ ਹੋ ਅਤੇ ਅਸੀਂ ਉੱਥੇ ਪਹਿਲਾਂ ਅਸੈਸਮੈਂਟ ਕਰਾਂਗੇ, ਵੇਖਾਂਗੇ ਕਿੰਨੀ ਸੀਰੀਅਸ ਹੈ। ਔਰ ਮੋਸਟ ਅਜਰ 90% ਦੀ ਟਾਈਮ, 95% ਟਾਈਮ ਤੁਹਾਨੂੰ ਬਿਨਾਂ ਥੋੜ੍ਹੀ ਲਾਈਫ ਸਟਾਈਲ ਚੇਂਜਿਸ, ਐਕਸਰਸਾਈਜ਼ ਐਂਡ ਦਵਾਈਆਂ ਨਾਲ ਹੀ ਆਪਾਂ ਠੀਕ ਕਰ ਸਕਦੇ ਹਾਂ। ਠੀਕ ਹੈ ਡਾਕਟਰ ਸਾਹਿਬ, ਤੁਸੀਂ ਸਮਝ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਬਿਲਕੁਲ, ਇਹ ਸਨ ਡਾਕਟਰ ਜੋਸ਼ੀ, ਜਿਨ੍ਹਾਂ ਨੇ ਆਪਣੀ ਸਰੀਰ ਪ੍ਰਤੀ ਜਿਹੜੀ ਹੈ ਖਾਸ ਤੌਰ 'ਤੇ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਹੈ, ਕਿਉਂਕਿ ਤੁਸੀਂ ਜਿਹੜਾ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਫਿੱਟ ਰੱਖ ਸਕਦੇ ਹੋ, ਜੇਕਰ ਕਿਸੇ ਨੂੰ ਸਪਾਈਨ ਦੀ ਪ੍ਰੋਬਲਮ ਹੈ ਉਹ ਕਿਹੜਾ ਖਾਣਾ ਖਾ ਸਕਦਾ ਹੈ, ਅਤੇ ਸਾਨੂੰ ਸਵੇਰੇ ਉੱਠਣ ਤੋਂ ਪਹਿਲਾਂ ਕਿਹੜੀ ਕਿਹੜੀ ਗੱਲਾਂ ਦਾ ਜਿਹੜਾ ਧਿਆਨ ਹੈ ਉਹ ਰੱਖਣਾ ਚਾਹੀਦਾ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। ਗੁਰਬਾਣੀ, ਨਿਊਜ਼, ਮਿਊਜ਼ਿਕ, ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜ੍ਹਦੀ ਕਲਾ ਮੀਡੀਆ ਨੈਟਵਰਕ ਐਪ।